ਮਲੇਰਕੋਟਲਾ ਪੁਲਿਸ ਨੇ ਕਾਰ ਸਵਾਰ ਚਾਰ ਨੌਜਵਾਨਾਂ ਨੂੰ 100 ਗ੍ਰਾਮ ਹੈਰੋਇਨ, 200 ਗ੍ਰਾਮ ਅਫੀਮ ਅਤੇ 2.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਹਿਚਾਣ ਹਰਵਿੰਦਰ ਸਿੰਘ ਵਾਸੀ ਮਲੇਰਕੋਟਲਾ, ਬੇਅੰਤ ਸਿੰਘ ਵਾਸੀ ਉਪੋਕੀ ਥਾਣਾ ਅਮਰਗੜ੍ਹ, ਅਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਦੋਵੇਂ ਵਾਸੀ ਬਨਭੌਰਾ ਥਾਣਾ ਅਮਰਗੜ੍ਹ ਵਜੋਂ ਹੋਈ ਹੈ। ਇਸ ਸਬੰਧੀ ਐਸਪੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਨੌਜਵਾਨਾਂ ਨੂੰ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਹ ਕੱਲ੍ਹ ਆਪਣੇ ਸੁਖਦੇਵ ਸਿੰਘ ਢਿੰਗੀ ਸਬ ਇੰਸਪੈਕਟਰ ਕੋਲ ਮੁਖਬਰੀ ਆਈ ਸੀਗੀ ਰਵਿੰਦਰ ਗੋਗਾ ਅਤੇ ਨਾਲ ਇਹਦੇ ਨਾਲ ਬੇਅੰਤ, ਮਨਪ੍ਰੀਤ ਅਤੇ ਅਮਨਪ੍ਰੀਤ ਜਿਹੜੇ ਚਾਰ ਜਣੇ ਆ ਆਪਣੀ ਕਾਰ ਦੇ ਵਿੱਚ ਨਸ਼ਾ ਵੇਚਣ ਲਈ ਆ ਰਹੇ ਆ। ਇਹਨਾਂ ਨੇ ਫਿਰ SHO ਮਲੇਰਕੋਟਲਾ ਵਨ ਨੂੰ ਮੌਕੇ 'ਤੇ ਬੁਲਾਇਆ, ਇਹਨਾਂ ਨੇ ਰੋਕਿਆ। ਰੋਕਣ ਤੋਂ ਬਾਅਦ ਇਹਨਾਂ ਨੇ ਡਿਪਟੀ ਸਾਹਿਬ ਨੂੰ ਮੌਕੇ 'ਤੇ ਬੁਲਾਇਆ, ਉਹਦੀ ਤਲਾਸ਼ੀ ਲੈਣ ਤੋਂ ਉਹਦੇ 100 ਗ੍ਰਾਮ ਹੀਰੋਇਨ ਮਿਲੀ, 200 ਗ੍ਰਾਮ ਫੀਮ ਮਿਲੀ ਅਤੇ 2,50,850 ਰੁਪਈਏ ਇਹਨਾਂ ਕੋਲੋਂ ਬਰਾਮਦ ਹੋਏ ਡਰੱਗ ਮਨੀ ਜਿਹੜੀ ਕਿ ਉਹਦੇ ਨਾਲ ਵੇਚਦੇ ਸੀ, ਅਤੇ 5 ਇਹਨਾਂ ਕੋਲੋਂ ਮੋਬਾਈਲ ਬਰਾਮਦ ਹੋਏ ਆ ਜਿਨ੍ਹਾਂ ਦੇ ਨਾਲ ਇਹ ਨੈੱਟਵਰਕ ਦੇ ਨਾਲ ਲੋਕਾਂ ਨੂੰ ਇਹ ਮਾਲ ਵੇਚਦੇ। ਕਾਫੀ ਚਿਰ ਦੇ ਇਹ ਮਲੇਰਕੋਟਲੇ ਏਰੀਏ 'ਚ ਮਾਲ ਵੇਚ ਰਹੇ ਸੀ। ਇਹਨਾਂ ਸਾਰਿਆਂ 'ਤੇ ਪਹਿਲਾਂ ਵੀ ਪਰਚੇ ਦਰਜ ਆ। ਇਹ 3,000 ਰੁਪਈਏ ਦੇ ਹਿਸਾਬ ਨਾਲ ਵੇਚ ਰਹੇ ਸੀਗੇ ਪਰ ਗ੍ਰਾਮ, ਅਤੇ ਜਦੋਂ ਕਿ ਇਹ 2,000 ਰੁਪਈਏ ਗ੍ਰਾਮ ਦੇ ਨਾਲ ਮਾਲ ਇਹ ਲੈ ਕੇ ਆ ਰਹੇ ਆ। ਉਹ ਅੱਜ ਹੀ ਇਹਨਾਂ ਦਾ ਪੁਲਿਸ ਰਿਮਾਂਡ ਲਿਆ, ਰਿਮਾਂਡ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ। ਪੁੱਛਗਿੱਛ ਤੋਂ ਕਿੱਥੋਂ ਮਾਲ ਲੈਂਦੇ ਸੀ, ਕਿਹਨੂੰ ਵੇਚਦੇ, ਉਹ ਸਾਰਾ ਅਸੀਂ ਇਹਨੇ ਇਨਪੁੱਟ ਅਤੇ ਆਊਟਪੁੱਟ ਸਾਰਾ ਕੁਝ ਕਰ ਰਹੇ ਹਾਂ, ਨਾਲ ਇਹਨਾਂ ਦੀ ਪ੍ਰੋਪਰਟੀ ਦਾ ਵੇਰਵਾ ਲਵਾਂਗੇ ਵੀ ਕਿੱਥੋਂ ਕਿੱਥੋਂ ਇਹਨਾਂ ਨੇ ਕਿਹੜੀ ਪ੍ਰੋਪਰਟੀ ਬਣਾਈ ਆ ਉਹ ਵੀ ਜ਼ਬਤ ਕੀਤੀ ਜਾਊਗੀ। ਅਮਨਦੀਪ ਸਿੰਘ ਜੀ, ਪਿੰਡ ਬਨਭੌਰਾ। ਅੱਛਾ, ਕੀ ਗੱਲ ਕੀ ਸਰ? ਚਿੱਟਾ ਫੜਾ ਜੀ। ਕਿੱਥੋਂ ਲੈ ਕੇ ਆਉਂਦੇ ਸੀ? ਅਸੀਂ ਤਾਂ ਇੱਥੋਂ ਹੀ ਲੈਂਦੇ ਜੀ ਮਲੇਰਕੋਟਲੇ ਦਾ। ਕੀ ਪਤਾ ਤੁਹਾਨੂੰ ਵੀ ਇਹਨਾਂ ਨਾਲ ਚਿੱਟੇ ਨਾਲ ਜਿਹੜੀ ਓਵਰਡੋਜ਼ ਕਰਕੇ ਮੌਤਾਂ ਹੁੰਦੀਆਂ ਨੇ? ਉਹ ਤਾਂ ਪਤਾ ਜੀ। ਫਿਰ ਕਿਉਂ ਲੱਗੇ ਸਰ? ਹੁਣ ਫਸੇ ਹੋਏ ਹਾਂ ਜੀ, ਕੀ ਕਰੀਏ ਹੁਣ? ਤੁਸੀਂ ਆਪ ਹੀ ਪੀਂਦੇ? ਹਾਂਜੀ। ਕਿੰਨਾ ਕੁ ਪੀ ਲੈਣੇ? ਪੀਂਦੇ ਹਾਂ ਜੀ ਥੋੜ੍ਹਾ ਬਹੁਤ। ਕਿੰਨੀ ਕੁ ਦਊਂਗਾ ਇਹ? ਵਾਧੂ 3,000 ਦਾ ਜੀ। ਅਤੇ ਫਿਰ ਖਰਚੇ ਕਿਵੇਂ ਪੂਰੇ ਕਰਦੇ ਤੁਸੀਂ ਜੀ? ਇੰਨਾ ਕਿੰਨੇ ਦਿਨ? 3,000 ਰੁਪਏ ਦਾ ਕਿੰਨੇ ਦਿਨਾਂ ਦੇ ਵਿੱਚ ਪੀਂਦੇ ਹੋ? ਇੱਕ ਦਿਨ, 2 ਦਿਨ ਜਾਂ 3 ਦਿਨ? ਕਿੰਨੇ ਦਿਨ? 1-2 ਦਿਨ। ਅੱਛਾ, ਅਤੇ ਫਿਰ ਉਹ ਖਰਚਾ ਕਿਵੇਂ ਪੂਰਾ ਹੁੰਦਾ? ਨਾਲ ਮਾੜਾ ਮੋਟਾ ਵੇਚਦੇ ਸੀਗੇ। ਕਿੱਥੋਂ ਲੈ ਕੇ ਕਿੱਥੋਂ ਆਉਂਦੇ ਸੀ? ਕਿੱਥੋਂ ਮਲੇਰਕੋਟਲੇ ਲੈਂਦੇ। ਕੀ ਹੁਣ ਤੁਹਾਡੇ ਇਹ ਕਾਰਵਾਈ ਜਾਂ ਕੀ ਕਹੋਗੇ ਅੱਗੇ ਹੋਰ ਨੂੰ ਵੀ ਜਿਹੜੇ ਵੇਚਦੇ ਨੇ, ਜਾਂ ਵੀ ਵੇਚਣਾ ਚਾਹੀਦਾ ਜਾਂ ਨਹੀਂ ਚਾਹੀਦਾ? ਨਹੀਂ ਨਹੀਂ ਸਰ, ਨਹੀਂ ਵੇਚਣਾ ਨਹੀਂ ਚਾਹੀਦਾ ਸਰ, ਨਾ ਪੀਣਾ ਚਾਹੀਦਾ ਜੀ। ਕਿੰਨੇ ਪੜ੍ਹੇ ਨੇ? BA ਕੀਤੀ ਹੋਈ। ਕਿਵੇਂ ਲੱਗੇ? ਕਿਵੇਂ ਕਾਲਜ ਟਾਈਮ ਲੱਗ ਗਿਆ ਸਰ?